ਸਾਨੂੰ ਸਰਦਾਰ ਨਾ ਭਾ ਬਸ ਟੈਂਗੇ ਟੈਂਗੇ ਹੈਗੇ ਟੈਂਗੇ ਕਿੱਦਾਂ ਕਰਦੇ ਆ ਤੈਨੂੰ ਕਹਿੰਦੇ ਜਾ ਸਿਖਾਈ ਆ ਹਾਂ ਹੱਥ ਵੀ ਉਹ ਕਰਦਾ ਨੀ ਟੈਂਗੇ ਹੈਗੇ ਟੈਂਗੇ ਟੈਂਗੇ ਟੈਂਗ ਬਣਾ ਰਹੀ ਹੈ ਪੂੜੀਆਂ ਕੜਾਹੀ ਬੜੀ ਤਗੜੀ ਲਈ ਹੈ ਤੇ ਬੱਲੇ ਬੱਲੇ ਓਡੀ ਪੂੜੀ ਹੈ ਤੇ ਓਡੀ ਕੜਾਹੀ ਵੇਖ ਲੋ ਪਤਾ ਹੈ ਨਾ ਉੱਤੇ ਨਾ ਵਾਲੀ ਇਹਦੇ ਦੁੱਧ ਗਰਮ ਕਰਕੇ ਹਟੇ ਸੰਦੀਪ ਹੋਣੀ ਵਾਲਾ ਦਵਾਇਆ ਇੱਕੋ ਕੱਢੀ ਹੈ ਜੀ ਉਹ ਓੜੀ ਉਹ ਸਾਹਮਣੇ ਮੇਰੇ ਜੋਗੀ ਮੈਂ ਖਾਕ ਤੇ ਚੱਲਿਆ ਵਾ ਦੁਕਾਨ ਤੇ ਸਤਿ ਸ਼੍ਰੀ ਅਕਾਲ ਸਾਹ ਤੁਹਾਡਾ ਇਹਦੇ ਨੇ ਵਲੋਗ ਦੇ ਵਿੱਚ ਤੇ ਕੰਮ ਵਾਲੇ ਕੱਪੜੇ ਪਾਏ ਨੇ ਤੇ ਸੁੱਖ ਨਾਲ ਚੱਲੇ ਯਾਰ ਹੋਣੀ ਆਹ ਕਮੀਜ਼ ਕੰਮ ਤੇ ਲਾਤੀ ਹੁਣ ਨਵੀਂ ਯਾਰ ਪਾਣੀ ਲੈ ਲਿਆ ਤੇ ਚੱਲੇ ਹੁਣ ਬਸ ਆਪਾਂ ਦੁਕਾਨ ਤੇ ਲੈ ਵੀ ਦੁਕਾਨ ਕਰਤੀ ਓਪਨ ਹੁਣ ਆਪਾਂ ਮੈਂ ਇੱਕ ਵਾਰੀ ਥੋੜ੍ਹੀ ਸਫਾਈ ਸਫੂਈ ਕਰ ਦਈਏ ਵੀ ਹਾਂ ਘੱਟਾ ਘੁੱਟਾ ਬੜਾ ਖਿੰਦ ਰਿਹਾ ਭਾਜੀ ਮੇਰੀ ਗੱਲ ਸੁਣੋ ਚਿੰਗਲ ਭਰਾ ਸਾਡਾ ਲੱਗਾ ਆ ਸਨਮਾਇਕਾ ਵੱਢਣ ਸਨਮਾਇਕਾ ਵੱਢਣ ਤੇ ਉਹ ਜਿਹੜੀ ਸਲੋ ਮੋਸ਼ਨ ਵਾਲੀ ਵੀਡੀਓ ਉਹ ਮੈਂ ਤੈਨੂੰ ਦੇ ਦਾਂਗਾ ਅੱਜ ਮੈਨੂੰ ਚੇਤਾ ਕਰਾ ਦੀ ਮੈਨੂੰ ਇੱਥੇ ਸ਼ਾਮੀ ਲੈ ਜਾਈ ਆਹੋ ਮੈਂ ਦੋਵੇਂ ਹੈਗੀਆਂ ਅੱਜ ਜਿਹੜੀ ਇੱਕ ਆਪਣਾ ਤੂੰ ਬਣਾਈ ਆ ਭਾਜੀ ਨਾਲ ਬਣਾਈ ਆ ਇੱਕ ਉਹ ਤੇ ਇੱਕ ਇੱਥੇ ਬਣਾਈ ਜਿਹੜੀ ਕੋਈ ਗੱਲ ਨੀ ਕੋਈ ਨੀ ਪਾ ਲਾ ਉਹ ਮੈਨੂੰ ਦੱਸ ਦੀ ਨਾ ਜਾਂ ਸੌਂਕ ਕਿਹੜਾ ਲਾਉਣਾ ਆ ਮੈਨੂੰ ਭੇਜ ਦੀ ਚੱਲ ਆਪੇ ਲਾ ਲਈ ਫਿਰ ਮੈਂ ਐਡਿਟ ਕਰਕੇ ਉਦਾਂ ਤੈਨੂੰ ਭੇਜ ਦੂੰਗਾ ਕੱਲ ਬਣਾਈਆਂ ਚਿੰਕਲ ਦੀਆਂ ਦੋ ਰੀਲਾਂ ਬੜੀ ਵਧੀਆ ਤੇ ਮੈਂ ਪਹਿਲੀ ਵਾਰੀ ਆਖਿਆ ਭਰਾ ਨੇ ਤੇ ਬਣਾ ਤੀਆਂ ਇਹ ਰੀਪ ਕਿੱਥੇ ਲੱਗਣੀ ਹੈ ਇੱਧਰ ਅੜੇ ਇਹ ਰੀਪ ਕਿੱਥੇ ਲੱਗਣੀ ਅੱਛਾ ਉਹਨੂੰ ਲੱਗਣੀ ਸੈਟੀ ਨੂੰ ਹੁਣ ਖਾਲੀ ਇੱਦਾਂ ਲੂਰ ਲਾ ਦੇਣੇ ਬਸ ਹੁਣ ਇਹ ਲੂਰ ਲੱਗਦੇ ਸੱਚ ਕਾਹਦੇ ਨਾਲ ਜੇ ਇਹ ਲੱਗਦੇ ਸਿਲੀਕੋਨ ਦੇ ਨਾਲ ਆਹ ਵਾਲੀ ਸਿਲੀਕੋਨ ਜਿਹੜੀ ਹੈ ਠੀਕ ਆ ਵਾਈਟ ਕਲਰ ਦੀ ਆ ਵੇਖੋ ਇਹ ਲਾਉਣ ਦੇ ਨਾਲ ਬਸ ਚੰਬੇੜੀ ਜਾਣੇ ਅਤੇ ਘੜੀ ਪਲ ਵਾਸਤੇ ਨਾ ਥੋੜ੍ਹੇ ਜਿਹਾ ਵੇਖੋ ਵਿਰਲੇ ਵਿਰਲੇ ਵਿੱਚ ਕਿੱਲ ਲਾਉਣੇ ਅਤੇ ਬਾਅਦ ਪੁੱਟ ਦੇਣੇ ਆ ਕਿੱਲ ਪੁੱਟ ਦੇਣੇ ਬਾਅਦ 'ਚ ਲੈ ਵੀ ਇੰਨੇ ਕੁ ਲਾਏ ਜੇ ਵੇਖ ਲਓ ਬਾਕੀ ਆ ਜੇ ਲੱਗਣ ਵਾਲੇ ਇੱਧਰ ਸਾਈਡ ਨਾਲ ਸਿਲੀਕੋਨ ਲਾਉਣ ਡਿਆ ਲੱਕੜ ਤਾਂ ਤੇਵੀਆਂ ਕਰਕੇ ਲਾਉਣੀ ਆ ਅਤੇ ਇੰਨਾ ਇੰਨਾ ਉੱਪਰ ਪਤਾ ਕਿੱਥੇ ਕਿੱਥੇ ਲਾਉਣੀ ਆ ਟੋਏ ਦੇ ਵਿੱਚ ਨਹੀਂ ਲਾਉਣੀ ਕਿਉਂਕਿ ਟੋਇਆ ਤਾਂ ਚਿਪਕਣਾ ਤੁਹਾਨੂੰ ਪਤਾ ਜਦੋਂ ਵੀ ਲਾਉਣੀ ਆ ਉੱਚੀ ਜਗ੍ਹਾ 'ਤੇ ਸਿਲੀਕੋਨ ਲਾਉਣੀ ਆ ਉੱਚੀ ਜਗ੍ਹਾ 'ਤੇ ਠੀਕ ਆ ਜੀ ਵਾਲ ਪੇਪਰ ਤੁਹਾਨੂੰ ਪੂਰੀ ਰੈਡੀ ਕਰਕੇ ਤੇ ਫਿਰ ਦੁਕਾਨੇ ਚਿੰਕਲ ਭਰਾ ਸਾਡਾ ਡਿਆ ਵਲੋਗਿੰਗ ਕਰਨ ਲਵੇ ਕਾਊਂਟਰ ਨੂੰ ਵੀ ਲੂਅਰ ਲਾਤੇ ਆ ਉੱਥੋਂ ਇੱਧਰ ਸਾਰੇ ਠੀਕ ਹੈ ਇਹ ਮੁੜ ਕੇ ਪਾਸਾ ਆ ਥੱਲੇ ਲੱਗ ਜਾਣਾ ਆਹ ਠਾਂ ਲੋ ਜਾਣਾ ਹੈ ਠੀਕ ਹੈ ਤੁਹਾਨੂੰ ਦੱਸਦੇ ਹਾਂ ਕਿੱਦਾਂ ਬਣਨਾ ਕੰਮ ਲਓ ਜੇਕਰ ਚੈੱਕ ਲੂਅਰ ਠੀਕ ਹੈ ਲੱਗ ਗਏ ਨਾ ਇਹ ਅਜੇ ਸਾਫ਼ ਹੋਣੇ ਆ ਠੀਕ ਹੈ ਜੀ ਇੱਧਰ ਕਾਊਂਟਰ ਚੈੱਕ ਕਰਵਾਉਣ ਤੁਸੀਂ ਜਰਾ ਕਾਊਂਟਰ ਮੂੰਹ ਬੋਲਦਾ ਕਿ ਉਹ ਵੀ ਨੀਚੇ ਵਾਲੀ ਵੀ ਗੋਲਡਨ ਪੱਤੀ ਉੱਤੋਂ ਜੇ ਟੇਬਲ ਥਣੀ ਉਹ ਜਿਹੜੀ ਚਿੱਟੀ ਚਿੱਟੀ ਲੱਗੀ ਜਿਹੜੀ ਇਹ ਝਰੀ ਪੈਣ ਡੀ ਹੈ ਜਿਹ 'ਚ ਲਾਈਟ ਲੱਗਣੀ ਹੈ ਲਾਈਟ
ਉਹਦੇ ਵਾਸਤੇ ਆ। ਇਹ ਵਿੱਚੋਂ ਨਾ ਆਹ ਦੋਨੋਂ ਪੀਸ ਕੱਢ ਦੇਣੇ ਬਾਹਰ, ਅਤੇ ਆਹ ਫਿਰ ਇਹਦੇ ਵਿੱਚ ਨਾ ਆਹ ਚੈਨਲ ਜਿਹਾ ਨਾ ਇਹਦੇ ਵਿੱਚ ਫਿੱਟ ਹੋਣਾ, ਇਹਦੇ ਵਿੱਚ ਆਹ ਬੈਕ ਸਾਈਡ, ਆਹ ਬੈਕ ਸਾਈਡ ਇਹਦੇ 'ਚ ਫਿੱਟ ਹੋ ਜਾਣੀ, ਇਹਦੇ ਉੱਪਰ ਜਿਹੜੀ ਲਾਈਟ ਲੱਗ ਜਾਣੀ, ਠੀਕ ਆ ਜੀ, ਇਹਦੇ ਉੱਪਰ ਲਾਈਟ ਲੱਗ ਜਾਣੀ। ਕੀ ਆ ਫੋਨ ਨਹੀਂ ਲੱਭਣ ਡਿਆ? ਬਸ ਇੱਦਾਂ ਮੈਂ ਫੀਲਿੰਗ 'ਚ ਲੈ ਲੈਣੀ, ਬਸ ਲਓ ਜੀ ਤਿਆਰ ਹੋ ਗਿਆ ਕਾਊਂਟਰ, ਕਿੱਦਾਂ ਕਿੱਦਾਂ ਚਾਹ ਮਾਸਾ ਕੁ ਲਿਆਉਂਦਾ ਵਲੌਗ ਦੇ ਵਿੱਚ ਬੋਲਦੇ ਚਿੰਕਲ, ਕਹ ਚਾਹ ਮਾਸਾ ਵੱਧ ਲੈ ਆ ਕਰ, ਮੈਂ ਕੱਢਿਆ ਉਹ ਨਹੀਂ ਉਹਦੇ ਮੁੰਡੇ ਦੀ, ਉਹਦੇ ਮੁੰਡੇ ਦੀ ਆ ਗਏ ਉਹ 'ਚ ਚਾਹ ਲਈ ਜਾਂਦਾ ਜੀ ਉਹ ਰਹਿੰਦੇ ਹੁਣ ਉਹਦੇ ਜੋਗੀ ਨੇ ਪਾ, ਉਹਦੇ ਜੋਗੀ ਨੇ ਪਾਈ ਤੂੰ ਆਪਣੇ ਜੋ ਸਾਰ ਮਾਹ ਤਿੰਨ ਕੱਪ ਨਿਕਲੇ ਫਿਰ ਰੋ ਕੇ ਮਾਂ ਹੀ ਗਾਂ ਕਦੇ ਚਾਹ ਪਤਾ ਨੀ ਬੂੰਦ ਕ ਲਿਆਉਂਦਾ ਕਿ ਨਹੀਂ, ਇਹ ਵੀ ਆਪਣੇ ਮੁੰਡੇ ਦੀ ਇੱਜ਼ਤ ਵੱਧ ਨਹੀਂ ਦੁੱਧ ਗਰਮ ਕਰਨ ਵਾਲੀ, ਉਹਦੇ ਉਹਦੇ ਭੁਲੇਖੇ ਲੈ ਆਉਂਦਾ ਹੈਗੇ ਇਹਨੇ, ਮੈਂ ਨਾ ਕੱਲ੍ਹ ਵੱਡੀ ਆਪਣੇ ਲਈ ਕੈਟਲ ਲਿਆ ਲੈਂਦਾ ਭਰ ਕੇ ਲਿਆ ਜਿਹੜਾ ਲੈ ਵੀ ਭਾਜੀ ਹੁਣ ਕਰਤਾ ਖਾਣਾ ਤਿਆਰ ਫਸਟ ਕਲਾਸ ਏ1 ਇਹ ਬਸ ਇੱਦਾਂ ਦੇ ਬਕਸੇ ਲੱਗਣੇ ਆ ਤਿੰਨ ਉੱਧਰ ਅੰਦਰ ਬਸ ਉੱਥੇ, ਠੀਕ ਐਸ ਵਾਲੇ ਨੂੰ ਭਾਜੀ ਟੇਪ ਜਿਹੜੀ ਨਹੀਂ ਅੰਦਰ ਲਾਈਟਾਂ ਜਗਣ ਡਿਆ ਫਿਰ ਨਹੀਂ ਲੱਭਦੀ ਹੈਣਾ, ਫਿਰ ਆਰ ਪਾਰ ਲੱਭਣ ਲੱਗ ਪੈਂਦਾ ਹੈਨਾ, ਇਹ ਕੰਮ ਗਲਤ ਜਾ ਹੈ ਨਾ, ਚਲੋ ਸਹੀ ਹੈ ਜੋ ਹੈਗਾ ਉਹ ਚਿੰਕਲ ਬਹੁਤਾ ਮਾੜਾ ਹੋਇਆ ਪਿਆ ਸਹੀ ਗੱਲ ਹੀ ਇਹ ਇੱਕ ਜਾਂਦਾ ਇੱਕ ਆਉਂਦਾ ਕਿ ਨਹੀਂ ਪੀਸ ਇੱਕ ਲਾ ਤਾ ਵਾਲਪੇਪਰ ਦਾ ਇਵੇਂ ਕੁਛ ਲੱਗਣਾ, ਠੀਕ ਹੈ ਏਦਾਂ ਇੱਧਰ ਲਾ ਦੇਣਾ, ਹੁਣੇ ਲਾ ਘੜਿਆ ਮੈਂ ਤੇ ਇੱਧਰ ਹੁਣ ਲੱਗੇ ਗਮ ਲਾਉਣ ਇਹਨੂੰ, ਇਹਨੂੰ ਲਾ ਦੇ ਗਮ ਲਾ ਦੇ ਲਾ ਦੇ ਲਾ ਦੇ ਤੇ ਨਾ ਉਹਨਾਂ ਨੂੰ ਲਾ ਦੇ ਇਹਨੂੰ ਚੁੱਕ ਲੈਂਦੇ ਬੋਰੇ ਦੇ ਨਾਲ ਨਾ ਬੁਰਾ ਹਾਲ ਹੋ ਗਿਆ, ਸ਼ੀਸ਼ਾ ਮੇਲਾ ਹੋ ਗਿਆ ਯਾਰ, ਇੱਧਰ ਇਹ ਦੋ ਲਾਤੇ ਹੁਣ, ਹੁਣ ਇੱਧਰ ਗਰੈਂਡਰ ਵੱਜਣ ਵਾਲੀ, ਇੱਧਰ ਗਰੈਂਡਰ ਮਾਰਤੀ ਹੈ ਹੁਣ, ਠੀਕ ਆ ਇੱਧਰ ਪੀਸ ਲਾਉਂਦੇ ਹੁਣ, ਇੱਕ ਦੋ ਲੱਗਣੇ ਬਸ ਹੋਰ ਗਿਣਤੀ ਦੇ ਬਸ, ਫਿਰ ਸਤਿ ਸ਼੍ਰੀ ਅਕਾਲ। ਲੈ ਜੀ ਕਰੋ ਚੈੱਕ ਕਿੱਦਾਂ ਬਣੀ ਜੀ ਗੱਲ, ਲਾ ਤਾ ਸਾਰੇ, ਆਹ ਲਾਈਟਾਂ ਲੱਗਣੀਆਂ ਤਾਂ ਤਾਰਾਂ ਛੱਡੀਆਂ ਨੇ, ਓਕੇ ਹੋ ਗਿਆ ਕਣੀ ਕੰਮ, ਹੱਥ ਹੋ ਗਏ ਹੁਣ ਇੱਦਾਂ ਦੇ, ਕਈ ਜਣੇ ਕਹਿੰਦੇ ਤੂੰ ਵਿਹਲਾ ਰਹਿੰਦਾ ਭਰਾ ਨਾਲ ਕਰਾਈ ਦਾ ਕੰਮ ਕਲੂ ਜੀ, ਬਸ ਇਹ ਕੱਲ੍ਹ ਹੁਣ ਹੋਰ ਲਾ ਦੇਣਾ ਨਾਲ ਰਲਦਾ ਮਿਲਦਾ, ਇਹਨਾਂ 'ਚ ਲੱਗਣਾ ਹੋਣਾ, ਆਹ ਇੱਕ ਪਲਾਈ ਇੱਥੇ ਲਾ ਦਿੱਤੀ ਆ ਫਰੇਮ, ਤੁਸੀਂ ਆਖਣਾ ਇੱਥੇ ਕੌਣ ਲਾਈ, ਇੱਥੇ ਸ਼ੀਸ਼ਾ ਲੱਗ ਜਾਣਾ ਐਂ ਕਰਕੇ ਸੈਂਟਰ ਜੇ ਇਹਦੇ ਵਿੱਚ ਗਿਆ, ਇਹਨੂੰ ਇੱਥੇ ਰਹਿਣਾ ਬਸ, ਇੱਥੇ ਵਾਲਪੇਪਰ ਲੱਗਣਾ ਵਾ ਤਾਂ ਕਰਕੇ ਬਸ ਲਾਇਆ ਇੱਥੇ ਬਾਰਡਰ ਜਿਹਾ ਵਾਲਪੇਪਰ ਦਾ ਤਾਂ ਕਰਕੇ ਬਸ। 8 ਵੱਜ ਗਏ ਅਤੇ ਹੁਣ ਘਰੇ ਜਾ ਰਿਹਾ ਹਾਂ, ਕਾਫੀ ਹਨੇਰਾ ਹੋ ਗਿਆ ਅਤੇ ਹੁਣੇ ਭਾਅ ਜੀ ਹੁਣੀ ਹੁਣੇ ਗਏ ਨੇ, ਭਾਅ ਜੀ ਤੇਰਾ ਬੜਾ ਕੰਮ ਖਿੱਚਣ ਡਿਆ ਮੈਂ ਆਖੀ, ਤੁਸੀਂ ਸਾਰੇ ਜਣੇ ਕਹਿੰਦੇ ਨੇ ਭਾਅ ਜੀ ਨੇ ਕੀ ਦੇਣਾ, ਭਾਅ ਜੀ ਨੇ ਕੀ ਦੇਣਾ, ਭਾਅ ਜੀ ਮੂੰਹੋਂ ਬੋਲਣਗੇ ਜਿੰਨੇ ਪੈਸੇ ਉਹਨੇ ਦੇਵਾਂਗੇ, ਮਹਾਰਾਜ ਨੇ ਇੰਨੇ ਜੋਗੇ ਕੀਤਾ ਆ ਵੀ ਭਾਅ ਜੀ ਜਿੰਨੇ ਕਹਿ ਦੇਣਗੇ ਨਾ ਭਾਈ ਇੰਨੀ ਲੇਬਰ ਲੈਣੀ ਜਾਂ ਇੱਦਾਂ ਆ ਜੋ ਵੀ ਹੋਊਗਾ, ਠੇਕਾ ਹੋਊਗਾ ਦਿਹਾੜੀ ਹੋਊ ਜੋ ਲੈਣਗੇ ਮੂੰਹੋਂ ਦੇਵਾਂਗਾ, ਅੱਜ ਤੱਕ ਇਹ ਵੀ ਗੱਲ ਦੀ ਸਹੁੰ ਆ ਵੀ ਕਦੀ ਭਾਅ ਜੀ ਦਾ ਪੈਸਾ ਨਹੀਂ ਤੇ ਰੱਖਿਆ ਵੀ, ਓਕੇ ਓਕੇ ਭਾਅ ਜੀ, ਭਾਅ ਜੀ ਜਾਣ ਡੇ ਅਤੇ ਅੱਜ ਤੱਕ ਸਹੁੰ ਆ ਕਦੀ ਭਾਅ ਜੀ ਦਾ ਪੈਸਾ ਵੀ ਨਹੀਂ ਰੱਖਿਆ, ਕਦੀ ਮਿਹਨਤ ਕਰਦੇ ਨਾ ਭਾਅ ਜੀ,
ਠੀਕ ਆ, ਭੈਣ ਦਿੱਤੀ ਹੈ ਠੀਕ ਆ, ਭੈਣਾਂ ਦਾ ਕਦੀ ਹੱਕ ਨਹੀਂ ਰੱਖੀਦਾ ਲੱਗੀ ਸਮਝ, ਅਤੇ ਜਿਹੜਾ ਭੈਣ ਦਾ ਭਾਈ ਦਾ ਹੱਕ ਬਣਦਾ ਉਹ ਉਹਨਾਂ ਨੂੰ ਜ਼ਰੂਰ ਦੇਈਦਾ ਭਰਾ ਜਿੰਨਾ ਉਹਨਾਂ ਦਾ ਬਣਦਾ ਹੈ। ਬੜਾ ਜ਼ੋਰ ਆ ਉਹ ਨਿਬੜ ਗਿਆ, ਤੇ ਮੈਂ ਫੋਟੋ ਖੋਣਾ ਵਾਲਪੇਪਰ ਲਾ ਦਿੱਤਾ ਆ ਨਾ, ਨਹੀਂ ਨਹੀਂ ਬਸ ਨਹੀਂ ਉਹ 'ਚ ਲਾ ਤਾ, ਜੇ ਡੈਕੋਰੇਸ਼ਨ ਨਹੀਂ ਕਰਨੀ ਉਹਦੇ 'ਚ ਲਾ ਤਾ ਆ, ਕਾਊਂਟਰ ਵੀ ਬਣ ਗਿਆ ਵਾ, ਸੈਟਿੰਗਾਂ ਵੀ ਬਣ ਗਈਆਂ ਨੇ, ਹਾਂ ਕੰਪਲੀਟ ਹੋ ਗਿਆ ਹੁਣ ਬਸ, ਹਾਂ ਬਸ ਹੁਣ ਕੱਲ੍ਹ ਨੂੰ ਨਾ ਇਹ ਸਲੈਪਾਂ ਪੈਣ ਵਾਲੀਆਂ ਰਹਿ ਗਈਆਂ ਭਾਈ ਨੇ ਕੱਲ੍ਹ ਕਰ ਦੇਣਾ 12 ਵਜੇ ਦੇ ਵਿੱਚ, ਅਤੇ ਉਸ ਤੋਂ ਬਾਅਦ ਵਾਲਪੇਪਰ ਦਾ ਮੈਨੂੰ ਲੱਗਦਾ ਕੱਲ੍ਹ ਮੁੱਕ ਜਾਊ, ਮੈਨੂੰ ਲੱਗਦੀ ਗਾ ਜੇ ਰਿਹਾ ਤਾਂ ਪਰਸੋਂ ਕਦੇ ਹੋ ਅੱਧੀ ਦਿਹਾੜੀ ਲੱਗ ਜੂਗੀ ਮੁੱਕ ਜਾਣ, ਹਾਂ ਸ਼ਨੀਵਾਰ ਤੋਂ ਪਹਿਲਾਂ ਕਰਨਾ, ਸ਼ਨੀਵਾਰ 'ਤੇ ਜਾਣਾ ਸਮਾਨ ਲੈਣ ਲੁਧਿਆਣੇ, ਹੋਰ ਕੀ ਅੱਜ ਆ ਪੁੱਤ ਮੇਰਾ ਆਇਆ ਬਹੁਤਾ ਫੱਬਣ ਡਿਆ ਜੀ, ਹਾਂ ਲੁਧਿਆਣੇ ਜਾਵਾਂਗੇ ਪੁੱਤ ਪੂਰਾ ਫੱਬਣ ਡਿਆ ਜੀ, ਆਇਆ ਰਾਜਾ ਆਏ ਤੋਤਾ, ਤੋਤੇ ਡਿੱਗਣਾ ਪਈ ਕਿਤੇ, ਕੀ ਲੈਣਾ ਨਾ 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 ਉਹ ਨੀ ਨਾ ਨਾ ਕੁੱਟਣਾ ਸੀ ਮੈਂ, ਕੁੱਟਣਾ ਸੀ ਮੈਂ, ਕੀ ਲੈਣਾ ਵਾ ਸਾਬਣ, ਨਹੀਂ ਨਾ ਕਹਿੰਦੀ ਆਪਣੀ ਮੰਮੀ ਸਲੈਬ ਤੋਂ ਸਾਬਣ ਰੱਖ ਦੋ, ਨਹੀਂ ਲੈਣਾ ਪੁੱਤ ਨਾ, ਲੈ ਮੰਮਾ ਨੂੰ ਕੱਢ ਦੋ, ਮੰਮਾ ਨੂੰ ਕੱਢ ਦੋ, ਮੰਮਾ ਨੂੰ ਕਹੋ, ਮੰਮਾ ਨੂੰ ਆਪੇ ਕੱਢਣਾ, ਆਪੇ ਕੱਢਣਾ ਆਪੇ, ਨਜ਼ਰ ਤਾਂ ਪਿਓ ਦੀ ਲੱਗ ਜਾਂਦੀ ਮੈਨੂੰ ਲੱਗਦੀ ਗੱਲ ਖਾਣੀ, ਸੋਹਣੀ ਵੇ ਕਿਵੇਂ ਲੱਗਣੀ, ਆਹੋ ਲੈ ਪੈ ਗਈ ਠੰਡ, ਇਹ ਕੀ ਇਹਨੇ ਨਹੀਂ ਤੇਰਾ ਭਲਾ ਹੋ ਜੇ, ਤੇਰਾ ਭਲਾ ਹੋ ਜੇ, ਦਾਦੀ ਨੂੰ ਕਹਿ ਇਹ ਚੱਬ ਨਾ ਆਉਂਦੇ ਮੈਂ, ਹਾਂ ਉਹ ਕਿੱਥੇ ਚੜੀ ਆ, ਆਪੇ ਚੜ ਗਈ, ਇਹਦੇ ਵੱਜ ਜਾਣੀ ਥੱਲੇ ਤਾਰ ਇਹਨੂੰ ਗਾ ਛਾਲੇ, ਕਿੱਧਰੋਂ ਦੀ ਇੱਧਰੋਂ ਦੀ ਚੜੀ ਆ, ਇੱਧਰੋਂ ਦੀ ਇੱਧਰੋਂ ਦੀ ਇੱਧਰੋਂ ਦੀ, ਹਾਏ ਇਹਨੇ ਸੱਟ ਲਵਾਉਣੀ ਇਹਨੇ, ਤੈਨੂੰ ਦੱਸਾਂ ਤੈਨੂੰ ਅਕਲ ਹੈ ਨਹੀਂ ਆ, ਬੋਲੋ ਕੀ ਆ ਬਚਾ ਲੀਏ ਬਚਾ ਲੋ, ਓ ਤੇਰੀ ਉਤਰ ਗਿਆ ਤੂੰ ਹੁਣ, ਹੁਣ ਤਾਂ ਉਤਰਨਾ ਸੀ, ਐਨਕ ਪੁੱਤ ਪੁੱਠੀ ਲਾਈ ਜਾਂਦਾ ਸਿੱਧੀ ਲਾ, ਤਰੀ ਫਿਰਦੀ ਸਿੱਧੀ ਲਾ, ਇੱਧਰ ਲਿਆ ਮੈਂ ਸਿੱਧੀ ਕਰਕੇ ਤੂੰ ਇੱਧਰ ਆ, ਆਪੇ ਕਰ ਲੂੰਗਾ, ਅੱਖ ਜਾ ਨਾ ਮਾਰਨੀ ਕਿਤੇ ਤੋੜ ਦੇਣੀ ਮੈਨੂੰ ਲੱਗਦੀ ਗੱਲ, ਟੇਂਗੇ ਟੇਂਗੇ ਨੀ ਕਰਦੇ ਗਿੱਤੇ ਗੇ, ਟੇਂਗੇ ਟੇਂਗੇ ਗਿੱਤੇ ਗੇ, ਕਿੱਦਾਂ ਕਰਦੇ ਆ ਟੇਂਗੇ, ਤੈਨੂੰ ਕਿੰਨੇ ਜਾ ਸਿਖਾਈ ਆ, ਹਾਂ ਹੱਥ ਵੀ ਉਹ ਕਰਦਾ ਨੀ, ਟੇਂਗੇ ਗਿੱਤੇ ਗਿੱਤੇ ਗੇ ਟੇਂਗੇ ਆਏ, ਉਦਾਂ ਕਰਦੀ ਵੇਲਾ ਸੇਮ ਨਖਰੇ ਵੇਖਲਾ, ਇਹ ਕਿੰਨੇ ਸਿਖਾਇਆ ਤੈਨੂੰ ਹੈ, ਹਾਂ
ਖਾਣਾ ਪਾਪਾ ਕਹਿੰਦੇ ਕੀ ਖਾਣਾ ਕੀ ਖਾਣਾ ਚਾਚੀ ਤੇ ਖਾਣੀ ਆ ਉਹ ਕੀ ਹੁੰਦੀ ਆ ਚਾਚੀ ਖਾਣੀ ਆ ਚਾਕਲੇਟ ਖਾਣੀ ਆ ਹਾਂ ਉਹ ਕਿੱਥੋਂ ਆਈ ਚਾਚੀ ਖਾਣੀ ਆ ਹੈ ਨਹੀਂ ਇਹ ਪੁੱਤ ਹੈ ਨਹੀਂ ਆ ਨਹੀਂ ਆ ਕਿੱਥੇ ਆ ਕਿੱਥੇ ਕਿੱਥੇ ਆ ਹੁਣ ਲੋਰੀਏ ਦੀ ਘਰ ਦੀ ਲੋਰੀਆ ਆ ਨਾ ਉਹ ਲੈ ਕੇ ਆਏ ਅੱਛਾ ਉਹ ਜਾਣ ਚੱਲੇ ਤੇ ਉੱਥੇ ਮਿਲੇ ਤੇ ਫਿਰ ਇੱਦਾਂ ਮੈਨੂੰ ਹੱਥ ਖੜਾ ਕੀਤਾ ਤੇ ਮੈਂ ਹਾਂ ਉਹ ਚਾਹ ਪਾਣੀ ਮੈਂ ਕੁਦਰਤੀ ਸਮੋਸੇ ਸੁਨੀਪ ਕਹਿੰਦੀ ਦੋ ਲਿਆਈ ਮੇਰੇ ਮੈਂ ਆਖਿਆ ਚੱਲ ਯਾਰ ਇੱਦਾਂ ਮੈਂ ਫਿਰ ਆਖਿਆ ਮੈਂ ਤੁਸੀਂ ਘਰ ਚੋ ਉਹਨਾਂ ਨੂੰ ਖਾਣ ਸਬੂਤ ਨਹੀਂ ਮਿਲਿਆ ਨਾ ਸੇਬ ਪ੍ਰਸ਼ਾਦ ਤੇ ਮੈਂ ਚੱਲ ਬਣਾਉਂਦੇ ਮੈਂ ਸਹੀ ਵਿਚਾਰੇ ਆਂਗੇ ਫਿਰ ਉਹ ਆਏ ਮਾਮਾ ਇੱਕ ਦੋ ਘੰਟੇ ਬੈਠੇ ਨੇ ਦੋ ਢਾਈ ਹਨਾ ਬੜਾ ਸਤਾਇਆ ਇਹਨੇ ਡੈਡੀ ਨੂੰ ਬੜਾ ਡੀਏ ਤੰਗ ਕਰਨ ਤੇ ਚੋਕਲੇਟ ਖਾਣੀ ਖਾਣੀ ਆ ਕਿਉਂਕਿ ਇਹਨੂੰ ਪਤਾ ਆ ਵੀ ਕੋਈ ਪਤੰਗ ਡੇੜੇ ਦੱਸਣ ਵੀ ਕੋਈ ਰਿਸ਼ਤੇਦਾਰ ਆਇਆ ਸੀ ਉਹ ਦੇਖ ਗਿਆ ਤੇ ਇਹਨੂੰ ਪਤਾ ਆ ਵੀ ਹੈਗੀ ਆ ਤੇ ਮੰਗਣ ਲਈ ਮੰਮੀ ਲੈ ਗਈ ਡੈਡੀ ਅੰਦਰ ਤੇ ਇੱਧਰ ਅਸੀਂ ਮੈਚ ਵੇਖਣੇ ਪਿਓ ਪੁੱਤ ਦੋਵੇਂ ਜਾਣੇ ਇੰਡੀਆ ਦਾ ਲਵਲੀ ਹੋਣੀ ਆਏ ਹੁਣ ਇਹ ਲੈ ਇਹਨੂੰ ਪੁੱਛੋ ਵੀ ਕੀ ਖਾਣਾ ਇਹ ਕੀ ਆ ਇਹ ਕੀ ਆ ਦੱਸ ਦੋ ਕੀ ਮੰਗਣੇ ਦਾਦੂ ਕੋਲੋਂ ਤਿਲਕ ਵਰਮਾ ਡਿਆ ਸਕੋਰ ਮਾਰਨ ਬਾਕੀ ਤੇ ਇਹ ਹੈ ਨਹੀਂ ਚੜ ਚੁੜ ਗਿਆ ਸੂਰਿਆ ਸਾਰਿਆਂ ਹੋਣੀ ਐਵੇਂ ਇੱਕ ਦੋ ਸਕੋਰਾਂ ਤੇ ਆਊਟ ਹੋ ਗਿਆ ਸੰਜੂ ਵੀ ਜੀਰੋ ਤੇ ਗਿਆ ਕਿੱਥੇ ਚੀਜੀ ਕਿੱਥੇ ਚੀਜੀ ਹੈ ਪਤਾ ਨੀ ਕਿਹਨੂੰ ਪਤਾ ਫਿਰ ਕਿੱਥੇ ਚੀਜੀ ਚੀਜੀ ਕਿੱਥੇ ਆ ਹਾਂ ਆਹ ਕਿਹਨੂੰ ਪਤਾ ਫਿਰ ਆਹ ਕਿਹਨੂੰ ਪਤਾ ਆ ਹਾਏ ਲੈ ਗਈ ਚੀਜੀ ਤੇਰਾ ਭਲਾ ਹੋ ਜੇ ਲੈ ਵੀ ਨਜ਼ਾਰੇ ਬੰਤੇ ਤਿਲਕ ਵਰਮਾ ਨੇ ਜੀਓ ਸ਼ੇਰਾ ਬਜਾ ਬਜਾ ਕਰਾਤੀ ਓ ਹੈ ਨਜ਼ਾਰੇ ਬੰਤੇ ਹੀ ਹੈ ਬਹੁਤ ਜ਼ਿਆਦਾ ਐਂਡ ਕਰਾਤਾ ਕੰਮ ਬਹੁਤ ਵਧੀਆ ਯਾਰ ਸਹੀ ਗੱਲ ਨੀ ਲਵਲੀ ਹੋਣੀ ਚਲ ਗਏ ਲੈ ਵੇ ਆ ਸੰਦੀਪ ਨੇ ਕੋਟੀ ਪਾ ਲਈ ਹੁਣ ਠੰਡ ਹੋ ਗਈ ਕਿ ਨਹੀਂ ਮੋਟੇ ਕੱਪੜੇ ਕੱਢ ਲੈਣਾ ਅੱਜ ਸਾਰੇ ਥੋੜੇ ਮੋਟੇ ਕੱਢੇ ਤੁਹਾਡਾ ਕੱਢਤਾ ਇੱਕ ਟ੍ਰੈਕ ਚਲੋ ਸਹੀ ਆ ਉਹ ਪਾ ਲਈ ਉਹ ਕੱਲੋ ਪਾ ਜੂੰਗਾ ਉਹ ਵੇਲੋ ਬਾਲਟੀ ਲੈ ਆਈ ਪੋਚਾ ਲਾਉਣਾ ਉੱਥੇ ਰੱਖਿਆ ਇਹਨੂੰ ਇਹਨੂੰ ਮੇਰੀ ਧੀ ਉੱਥੇ ਰੱਖਿਆ ਵੇ ਬੜੀ ਬੀਬੀ ਹੈ ਮੇਰੀ ਧੀ ਆਖੇ ਲੱਗੂਗੀ ਜਾ ਹੁਣ ਪੁੱਤ ਉੱਥੇ ਰੱਖਿਆ ਜਾ ਰੱਖਿਆ ਉਹ ਉੱਥੇ ਬੜੀ ਬੀਬੀ ਹੋ ਬੜੀ ਬੀਬੀ ਹੋ ਵੇਖ ਲਾ ਇਹ ਵੇਲਾ ਜਾ ਮੇਰੀ ਧੀ ਉੱਥੇ ਰੱਖਿਆ ਬੜੀ ਬੀਬੀ ਹੈ ਧੀ ਮੇਰੀ ਜਾ ਉੱਥੇ ਛੱਡ ਕੇ ਆਓ ਆਹੋ ਜਾਓ ਜਾਓ ਉੱਥੇ ਛੱਡ ਕੇ ਆਓ ਪੁੱਤ ਉੱਥੋਂ ਜਿੱਥੋਂ ਲੈ ਕੇ ਆਏ ਉੱਥੇ ਛੱਡ ਆਓ ਉੱਥੇ ਛੱਡ ਕੇ ਆਓ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਰੱਖੋ 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 ਉੱਥੇ ਰੱਖੋ ਉੱਥੇ ਰੱਖੋ ਉੱਥੇ ਉੱਥੇ ਪੁੱਤ ਉੱਥੇ ਰੱਖੋ ਜਿੱਥੋਂ ਲੈ ਕੇ ਆਏ ਵੈਰੀ ਗੁੱਡ ਵੈਰੀ ਗੁੱਡ ਚਲੋ ਠੀਕ ਹੈ ਜੀ ਅੱਜ ਦਾ ਵਲੌਗ ਇਹ ਬੜਾ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕੱਲ੍ਹ ਨਵੀਂ ਵੀਡੀਓ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ